ਅਰ ਤੋ ਕੋ ਇਹ ਪਤਾ ਹੈ ਪੇ ਕਿ ਗੱਡੀ ਸਵਾ ਦੂ ਕਰੋੜ ਦੀ ਹੈ ਪਈ ਨਵੀਂ ਜਿਹਲੇ ਬੰਦਾ ਇਤਨੇ ਪੈਸੇ ਭਰਿੰਦਾ ਪਿਆ ਹੋਵੇ ਨਾ ਬਲ ਸੇਫਟੀ ਵਾਲਾ ਫੀਚਰ ਜਿਹੜਾ ਨਾ ਉਹ ਦਿਮਾਗੇ ਜ਼ਰੂਰ ਆਂਦੇ ਕਿ ਯਾਰ ਮੈਂ ਇਤਨੇ ਜੋ ਗੱਡੀ ਦੂਤੇ ਪੈਸੇ ਭਰਿੰਦਾ ਪਿਆ ਤੇ ਗੱਡੀ ਦੇ ਸੇਫਟੀ ਫੀਚਰ ਕਿਤਨੇ ਹਨ ਪੇ ਤਾਂ ਕੁਝ ਸੇਫਟੀ ਫੀਚਰ ਮੈਂ ਤੋ ਪਹਿਲੇ ਦਿਖਾ ਚੁਕਾ ਲੇਕਿਨ ਇਹ ਜਿਹੜੇ ਮੇਨ ਸੇਫਟੀ ਫੀਚਰ ਹਨ ਉਹ ਹੁੰਦੇ ਨੇ ਪੇ 에ਅਰ ਬੈਗ ਹਰ ਗੱਡੀ ਦੇ ਵਿੱਚ ਤਾਂ ਇਹਦੇ ਵਿੱਚ 에ਅਰ ਬੈਗ ਤੋ ਸਵਾ ਚ ਟੋਟਲ ਕਿਤਨੇ ਹਨ ਪੇ ਅੱਲਾ ਨਾ ਕਰੇ ਖੁਦਾ ਨਾ ਖਾਸਤਾ ਹੋੜਾ ਕਰੇ ਕਿਤੇ ਐਕਸੀਡੈਂਟ ਥੀ ਵੈਂਦੇ ਤਾਂ ਬਲ 에 ਜ਼ਿਆਦਾ ਜ਼ਖਮ ਨਹੀਂ ਆਦੇ ਕਿਉਂਕਿ 에어ਬੈਗ ਕੈਸੀ ਚੀਜ਼ ਦੇ ਪਈ ਉਥਾਂ ਕੋ ਸੇਫ ਰੱਖ ਗਿੰਦੀ ਜਿਵੇਂ ਦੇ ਇਥੇ ਪਿਆ ਵੇ ਇੰਗੇ ਦੇ ਚ ਆਪਸ਼ਨ ਕਹੀਂ ਤੋਂ ਪਿੱਛਾ ਕੋਈ ਨਹੀਂ ਕਹੀਂ ਤੋਂ ਕਮ ਕੋਈ ਨਹੀਂ ਇਸੇ ਤਰ੍ਹਾਂ ਇੰਦੇ ਸੇਫਟੀ ਫੀਚਰ ਵੀ ਬਹੁਤ ਜ਼ਿਆਦਾ ਹਨ ਪਏ ਇੰਦੇ ਵਿੱਚ ਕਮəs ਕਮ 6 에어ਬੈਗ ਹਨ ਪਏ ਹੈ ਕਿ ਸਟੀਰਿੰਗ ਦੇ ਵਿੱਚ ਹੈ ਪਿਆ ਡਰਾਈਵਰ ਵਾਸਤੇ ਅੱਲਾ ਨਾ ਕਰੇ ਗੱਡੀ ਕਿਤੇ ਹੀਟ ਸਿੰਦੀ ਕਿਤੇ ਲੱਗਦੀ ਇਹ 에어ਬੈਗ ਖੁੱਲਸੀ ਔਰ ਸਿੱਧਾ ਡਰਾਈਵਰ ਕੋ ਸੇਫ ਕਰ ਗਿੰਸੀ 에어ਬੈਗ ਖੁੱਲਣ ਨਾਲ ਤਾਂ ਜਿਹੜਾ ਨਾ ਡਰਾਈਵਰ ਦਾ ਸੀਨਾ ਬਚ ਵੈਸੀ ਉਸ ਤੋਂ ਬਾਅਦ ਜਿਹੜਾ ਅਕਸਰ ਤੋਂ ਸਾਡੀ ਠੋਸ ਸੀ ਡਰਾਈਵਰ ਦਾ 에어ਬੈਗ ਮਜ਼ੇਦਾ ਸੇਫਟੀ ਫੀਚਰ ਹੈ ਕਿ ਇੰਦੇ ਇਸ ਜਗ੍ਹਾ ਤੇ ਵੀ ਇੱਕ 에어ਬੈਗ ਹੈ ਪਿਆ ਜਿਹੜਾ ਤੁਹਾਨੂੰ ਇਹ ਇਸ ਜਗ੍ਹਾ ਤੇ 에어ਬੈਗ ਇਸ ਜਗ੍ਹਾ ਦੇ ਸਾਹਮਣੇ ਲਿਖਿਆ ਵੀ ਖੜਾ ਹੈ ਕਿ 에어ਬੈਗ ਇਸ ਜਗ੍ਹਾ ਤੇ ਵੀ 에어ਬੈਗ ਨਿਕਲਦਾ ਹੈ ਉਹ ਤੁਹਾ ਜਾ ਲੱਤਾਂ ਨੂੰ ਬਚਾ ਆ ਗਿੰਦੇ ਤਾਂ ਵੈਸੇ ਤਾਂ ਅੱਲਾਹ ਪਾਕ ਕੋ ਜੀਏ ਮਨਜ਼ੂਰ ਥਿੰਦਾ ਤਾਂ ਹੂਏ ਹੈ ਲੇਕਿਨ ਇਹ ਇਸ ਗੱਡੀ ਦੇ ਸੇਫਟੀ ਫੀਚਰ ਕਾਫੀ ਜ਼ਿਆਦਾ ਹਨ ਬਕੇ ਡਰਾਈਵਰ ਕੋ ਜਾਂ ਨਾਲ ਵਾਲੇ ਪੈਸੇਂਜਰ ਕੋ ਕਾਫੀ ਜ਼ਿਆਦਾ ਸੇਫਟੀ ਫੀਚਰ ਦਿੱਤੇ ਵੰਦਨ ਉਹਨੂੰ ਬਚਾਉਣ ਕਿਤੇ ਹਿੰਦੀ ਹਫਾਜ਼ਤ ਕਿਤੇ ਇੱਕ ਨਾਲ ਵਾਲੇ ਪੈਸੇਂਜਰ ਕਿਤੇ 에어ਬੈਗ ਇੱਥੇ ਮਿਲ ਵੰਦੈ ਦਾ ਪਿਆ ਇਸ ਡਰਾਈਵਰ ਸੀਟ ਦੇ ਵਿੱਚ ਇਸ ਜਗ੍ਹਾ ਤੋਂ ਇੱਕ 에어 ਬੈਗ ਮਿਲ ਜਾਂਦਾ ਜਿਹੜੇ ਬੰਦੇ ਡੂ ਫਰੰਟ ਤੇ ਬੈਠਣਦਾ ਗੱਡੀ ਉਹਨਾਂ ਕੋ ਫੁੱਲ ਕੋਸ਼ਿਸ਼ ਕਰੇਂਦੀ ਹੈ ਪੈਕ ਕਰਨ ਦੀ ਤਾਂ ਕਿ ਉਹਨਾਂ ਕੋ ਨੁਕਸਾਨ ਨਾ ਥੀਵੇ ਉਹਨਾਂ ਦਾ ਐਕਸੀਡੈਂਟ ਨਾ ਥੀਵੇ ਤਬਾ ਨਾਲ ਸਵਾ ਦੋ ਕਰੋੜ ਭਰੇ ਗੱਡੀ ਜਿਤਨੇ ਸੇਫਟੀ ਫੀਚਰ ਹੀ ਨਾ ਆਵੰਦਾਂ ਚਾਸਤਾ ਨਹੀਂ ਆਂਦੀ ਨਾ ਪਰ ਇਹਦੇ ਵਿੱਚ ਦੂ ਬਏ ਮਜ਼ੇਦਾਰ ਫੀਚਰ ਹੈ ਜਿਵੇਂ ਕਿ ਮੈਕੂਮਾ ਅੱਛੇ ਲੱਗਦੇ ਇਹਦੇ ਅੱਛੇ ਪੀ ਇੱਕ ਫ੍ਰਿਜ ਵਲਾ ਉਹਦੇ ਚ ਹੀਟਰ ਵੀ ਹੈ ਮਤਲਬ ਕਿ ਜਿਵੇਂ ਪਾਣੀ ਤਰ੍ਹਾਂ ਠੰਡਾ ਕਰਕੇ ਪੀਣਾ ਚਾਹੋ ਤੈਂਦੇ ਪਾਣੀ ਠੰਡਾ ਵੀ ਥੀਵੇ ਇਸ ਤਰ੍ਹਾਂ ਪ કે મેં دی અક્ષર ગлле ખરાબ હોન્ના મેં ਕੋ ઠડ્ડા પાણી પસંદ કોની મેં આ તા કે પાણી તપતા પીવાં ਹਰ ਜਗ੍ਹਾ ਤੇ ਨੋਰਮਲ ਪਾਣੀ ਪੀਵਾં ਤਾਂ ਸਰਦੀਆਂ ਦੇ ਵਿੱਚ ਨੋਰਮਲ ਪਾਣੀ ਨਹੀਂ ਮਿਲਦਾ ਹਰ ਜਗ੍ਹਾ ਤੋਂ ઠੱਡਾ ਪਾਣੀ ਮਿਲਦਾ ਅਸਾ ਮਤਲਬ ਪਾਣੀ ਦੀ ਬੋਤਲ ਜਾਂ ਕਿ ਠੱਡੇ ਦੀ ਉਹ ਕੋ ਅਸਾ ਇਥੇ ਰੱਖ ਦੇਸੂ ਸਰਦੀਆਂ ਦੇ ਵਿੱਚ ਗਰਮ ਥੀਵੇਸੀ ਪਾਣੀ ਗਰਮੀਆਂ ਦੇ ਵਿੱਚ ਇਥਾ ਪਾਣੀ ਠੱਡਾ ਥੀਵੇਸੀ ਮਤਲਬ થા ਕੋ 2 ਫੀਚਰ ਦਿੱਤੇ ਵੰਦ ਨੇ ਅਸ ਕਰੀ ਦੇ ਵਿੱਚ ਫ੍ਰਿਜ ਦਾ ਵੀ ਹੀਟਰ ਦਾ ਵੀ ਇਤਨੇ ਪੈਸੇ ਭਰੇ ਨਿਆ ਖਰੀਦਨੇ ਆਪਸ਼ਨ ਤਾਂ ਹੱਕ ਬਣਦਾ ਨਾ ਵੈਸੀ ਗੱਡੀ স্পੇਸ ਕਾਫੀ ਜ਼ਿਆਦਾ ਹੈ ਇਸਮਾਨ ਰੱਖਣ ਵਾਸਤੇ ਇੰਜ ਜਗ ਫੋਟ ਮੇਰਾ ਹੱਥ ਤਲੇ ਲਗਾ ਗਿਆ ਨਾ ਇਸ ਵੇਲੇ ਤੁਸੀਂ ਢੇਰ ਸਾਰਾ ਆਪਣਾ ਪਰਸਨਲ ਸਮਾਨ ਰੱਖ ਸਕਦੇ ਹੋ ਪਰ ਸਾਰਾ ਸਮਾਨ ਅਕਸਰ ਹੁੰਦਾ ਪਿਆ ਮੋਬਾਈਲਾਂ ਦੇ ਮੁਤਲਕ ਚਾਰਜਰ ਲੀਡਾ ਦੂਜਾ ਇਹ ਡੈਸ਼ਬੋਰਡ ਇਹ ਪਿਆ ਇੰਡੈਸਟਰ ਦਾ ਬਟਨ ਦਬਾਓ ਇਹ ਬਟਨ ਦਬਾਏ ਇਸ ਤੋਂ ਮੇ ਡੈਸ਼ਬੋਰਡ ਖੁੱਲ ਗਿਆ ਇਹਦੇ ਵਿੱਚ ਵੀ ਕਾਫੀ ਸਾਰੀ ਸਪੇਸ ਹੈ ਪਈ ਤੁਸੀਂ ਇਹਦੇ ਵਿੱਚ ਸਮਾਨ ਰੱਖ ਸਕਦੇ ਹੋ ਆਪਣਾ ਵਿੱਚ ਵੀ ਯਾਰ ਮਜ਼ੇਦਾਰ ਫੀਚਰ ਹੈ ਪਿਆ ਕਿ ਤੁਹਾਡਾ ਕੈਸ਼ ਵਗੈਰਾ ਕੋਈ ਮਤਲਬ ਪਰਸਨਲ ਚੀਜ਼ ਹੈ ਤਾਂ ਇਹਦੇ ਰੱਖ ਕੇ ਦੇਖ ਦੇਤੇ ਪਓ ਚਾ ਵੀ ਦਾ ਆਪਸ਼ਨ ਇਹ ਕੋ ਲਾਕ ਵੀ ਕਰ ਸਕਦੇ ਤੁਸੀਂ ਅੱਛਾ ਮਤਲਬ ਕਿ ਕੋਈ ਐਸਾ ਸਮਾਨ ਹੁੰਦਾ ਹੈ ਨਾ ਤੁਹਾਡੇ ਕੋਲ ਬਾਸ ਟਾਈਮ ਕਿ ਤੁਸੀਂ ਚਾਹਦੇ ਹੋ ਕਿ ਇਹ ਵਾਲਾ ਸਮਾਨ ਮੇਰਾ ਕੋਈ ਦੇਖੇ ਨਾ ਮੇਰਾ ਕੋਈ ਸਮਾਨ ਇਹ ਕੋ ਚਾਵੇ ਨਾ ਤਾਂ ਤੁਸੀਂ ਇਸ ਡੈਸ਼ਬੋਰਡ ਕੋ ਲਾਕ ਵੀ ਕਰ ਸਕਦੇ ਹੋ ਲਾਕ ਕਿਵੇਂ ਇਹਦੇ ਕਰਕੇ ਦਿਖਾ ਔਰ ਇੰਦੀ ਜਿਹੜੀ ਚਾਬੀ ਹੈ ਪਈ ਉਹ ਚਾਬੀ ਕਿੱਥੋਂ ਆਉਂਦੀ ਹੈ ਪਈ ਉਹ ਚਾਬੀ ਹੁੰ ਚੀਕੋ ਇਹ ਸਾਹਮਣੇ ਚਾਬੀ ਨਿਕਲ ਆਂਦੀ ਇਸ ਚਾਬੀ ਨਾਲ ਤੁਸੀਂ ਦਾ ਡੈਸ਼ਬੋਰਡ ਲੌਕ ਐਂਡ ਅਨਲੌਕ ਕਰ ਸਕਦੇ ਹੋ ਹਾਂਜੀ ਇਹ ਲੌਕ ਥੀ ਚੁੱਕਾ ਤੁਸੀਂ ਉਸਾ ਲੌਕ ਕਰਕੇ ਆਪਣਾ ਟੈਨਸ਼ਨ ਕੋ ਖਤਮ ਕਰ ਸਕਦੇ ਹੋ ਕਿੰਨ ਜ ਮੇਰਾ ਜਿਹੜਾ ਸਮਾਨ ਹੈ ਉਹ ਹੁਣ ਇਹ ਖੁੱਲਦਾ ਨਹੀਂ ਪਿਆ ਹਾਂਜੀ ਬਟਨ ਦਬਾਰੀ ਤਾ ਨਾ ਹੁਣੇ ਖੁੱਲਦਾ ਨਹੀਂ ਬਸ ਤੁਸੀਂ ਜਿਹੜੇ ਚਾਬੀ ਲੈਸੋ ਵਾਲ ਤੁਹਾਡਾ ਸਮਾਨ ਨਿਕਲ ਆਸੀ ਇਹ ਖੁੱਲ ਵੈਸੀ ਹਾਂ ਜੀ ਹੁਣ ਇਹ ਅਨਲੌਕ ਹੋ ਚੁੱਕਾ ਹੈ ਔਰ ਇਸ ਗੱਡੀ ਦੇ ਇਤਨੇ ਜ਼ਿਆਦਾ ਫੀਚਰ ਹਨ ਕਿ ਜਿਹੜੇ ਨਵੇਂ ਬੰਦੇ ਕੋ ਪਤਾ ਕੋ ਨਹੀਂ ਹੁੰਦੀ ਜਿਹੜੇ ਟੋਇਟਾ ਹਲਨ ਤੇ ਉਹਨਾਂ ਨੇ ਇੱਕ ਬੱਡੀ ਸਾਰੀ ਕਿਤਾਬ ਦਿੱਤੀ ਹੈ ਕਿ ਤੁਸੀਂ ਇਸ ਗੱਡੀ ਦੇ ਜਿਤਨੇ ਫੀਚਰ ਹਨ ਉਹ ਸਾਰੇ ਇੱਕ ਕਿਤਾਬ ਦੇ ਤੇ ਸਟੱਡੀ ਕਰ ਸਕਦੇ ਹੋ ਕਿ ਇਸ ਗੱਡੀ ਦੇ ਵਿੱਚ ਕਿਹੜੇ ਕਿਹੜੇ ਫੀਚਰ ਹਨ ਉਹ ਦਿਖਾ ਕਿਤਾਬ ਨਵੀਂ ਨਵੀਂ ਜਿਹੜੇ ਗੱਡੀ ਗਿੱਧਿਆ ਸ ਹੈ ਨਾ ਉਸ ਟਾਈਮ ਇਹ ਇਹ ਦੇਖੋ ਇਹਦੀ ਬੱਡੀ ਬੁੱਕ ਵੀ ਉਹਨਾਂ ਨੇ ਨਾਲ ਦਿੱਤੀ ਕਿ ਇਸ ਬੁੱਕ ਦੇ ਵਿੱਚ ਟੋਇਟਾ ਦੇ ਉੱਤੇ ਲੋਗੋ ਲਗਾ ਹੋਇਆ ਇਸ ਬੁੱਕ ਦੇ ਵਿੱਚ ਹਰ ਆਪਸ਼ਨ ਲਿਖਿਆ ਹੋਇਆ ਕਿ ਤੁਸੀਂ ਕਿਵੇਂ ਕਿਵੇਂ ਇਸ ਗੱਡੀ ਨੂੰ ਕੰਟਰੋਲ ਕਰ ਸਕਦੇ ਹੋ ਕਿਉਂ ਜਦੋਂ ਤੁਸਾਂ ਗਾਈਡਲਾਈਨ ਗੇਮ ਸੰਗਦੇ ਵੇ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਗੱਡੀ ਨੂੰ ਕਿਵੇਂ ਕਿਵੇਂ ਕੰਟਰੋਲ ਕਰਨਾ ਹੈ। ਲਾਈਨ ਦੇ ਵੀਡੀਓ ਦੇਖਣ ਵਾਸਤੇ ਇੱਕ ਐ ਵੀ ਐਲਸੀਡੀ ਉਹ ਕਿਆ ਸਰਹਿੰਦੇ ਤੁਸੀਂ? ਐਲਈਡੀ ਨਾ ਨਾ ਸੀਡੀ ਸੀਡੀ ਡਿਸਕੇਪਾਈ। ਇਹ ਕੋ ਤੁਸਾਂ ਅਜ ਬੰਦੇ ਜਿਹੜਾ ਨਾ ਉਹ ਆਲਸੀ ਹੁੰਦੇ ਨੇ ਮੇਰੀ ਤਰ੍ਹਾਂ ਉਹ ਚਾਹੁੰਦੇ ਨੇ ਕਿ ਅਸਾਂ ਕਿਤਾਬ ਨਾ ਪੜੋ। ਉਹਨਾਂ ਵਾਸਤੇ ਨਾ ਇਹ ਸੀਡੀ ਡਿਸਕ ਦਿੱਤੀ ਗਿਆ ਸੀਡੀ ਨੂੰ ਆਪਣੀ ਟੀਵੀ 'ਤੇ ਚਲਾਓ ਉਹ ਤੁਹਾਨੂੰ ਕਿ ਦੱਸਾਂ ਸੀਡੀ ਤੁਸੀਂ ਸਮਝ ਸਕਦੇ ਹੋ ਕਿ ਇਸ ਗੱਡੀ ਦੇ ਵਿੱਚ ਕਿਆ-ਕਿਆ ਆਪਸ਼ਨ ਹੈ ਨੇ ਪੈ। ਤੇ ਇਹ ਦੇਖੋ ਇਹ ਦੀ ਵੱਡੀ ਬੁੱਕ ਹੈ ਭਾਈ। ये फॉर्चूनर तो दी उन्होंने लिखा है फॉर्चूनर ओनर इज मैनुअल ये देखो एडी डी 700 सफे दी किताब है भाई इस किताब तो तुसा तो समझ सकदे हो तो तुसा गाड़ी को कंट्रोल किमे करना है हां जी एयरबैग दो ऑप्शन है पे तुसा तो किमे किमे कंट्रोल करना है इस देखो को पिछला से ताला पड़ा ਉਤਨੇ ਸਾਰੇ ਅਸਾਦਾ ਵੀਰ ਪੜਨ ਵਾਲੇ ਪਾਸਤਾ ਬੜੇ ਬਾਗੀ ਥੀਨੇ ਕਿਉਂਕਿ ਸਕੂਲ ਜਲੇ ਵਹਿੰਦੇ ਹੁੰਦੇ ਅਸਾ ਉਮ ਲੈਣਾ ਸੇ ਪੜਦੇ ਤਾ ਹੁਣ ਫਾਰਚੂਨਰ ਦੀ ਬੁੱਕ ਕਿਥਾ ਪੜ੍ਹਦੇ ਸਾਰੀ ਕੋਲ 700 ਸਫੇ ਦੀ ਔਰ ਹੁਣ ਆਸਾਨ ਹੈ ਇਹ ਸਾਹਮਣੇ ਜਿਹੜੇ ਇਤਨੇ ਸਾਰੇ ਬਟਨ ਖਣਨ ਥੇ ਇਨਾਂ ਕੋ ਅਸਾ ਦੇ ਦੇਂ ਕਿ ਇਨਾਂ ਦੇ ਚੱਕ ਕੇ ਆਪਸ਼ਨ ਹੈ ਸਾਹਮਣੇ ਇੱਕ ਤੁਹਾਡੀ ਵੱਡੀ ਸਾਰੀ LED ਮਿਲਵੰਦੀ ਐ ਇਸ LED ਦੇ ਵਿੱਚ ਤੁਸੀਂ ਆਪਣੀ ਮਰਜ਼ੀ ਦੇ ਵੀਡੀਓ ਗਾਣੇ ਆਡੀਓ ਗਾਣੇ ਚਲਾ ਸਕਦੇ ਹੋ ਔਰ ਇਥੋਂ ਕੈਮਰਾ ਵੀ ਦੇਖ ਸਕਦੇ ਹੋ ਜਲੇ ਤੁਹਾ ਖਾਸ ਤੌਰ ਤੇ ਗੱਡੀ ਪਿੱਛਾ ਕਰਦੇ ਵੇ ਨਾ ਤਾਂ ਪਿੱਛੇ ਕੈਮਰਾ ਲਗਾ ਹੋਇਆ ਕੈਮਰਾ ਚ ਫੀਚਰ ਹੈ ਉਹ ਬਹੁਤ ਜ਼ਿਆਦਾ ਪਸੰਦ ਦੇ ਉਹ ਹੈ ਪਿਆ ਡੂਅਲ ਕੰਟਰੋਲ ਉਹਨਾਂ ਕਾ ਮਕਸਦ ਹੈ ਪਿਆ ਇਹਦੇ ਤੇ ਇਹਨੋ ਤੇ ਲਿਖਿਆ ਹੋਇਆ ਆਟੋ ਔਰ ਇੱਥੇ ਲਿਖਿਆ ਹੋਇਆ ਡੂਅਲ ਇੱਕ ਬਟਨ ਇਹ ਨੂੰ ਦਿੱਤਾ ਹੋਇਆ ਹੈ ਇੱਕ ਬੰਦਾ ਬਟਨ ਇਹ ਨੂੰ ਦਿੱਤਾ ਹੋਇਆ ਇਹਨਾਂ ਤੋਂ ਮੈਂ ਤਫਸੀਲ ਨਾਲ ਸਮਝਾਵਾਂ ਕਿ ਕੁਝ ਬੰਦਿਆਂ ਕੋ ਜਿਹੜਾ ਨਾ ਕਾਰ ਦੇ ਵਿੱਚ ਬਾਹੇ ਕਿ ਏਸੀ ਪਸੰਦ ਹੁੰਦਾ ਹੈ ਔਰ ਕੁਝ ਕੋ ਏਸੀ ਪਸੰਦ ਨਹੀਂ ਹੁੰਦਾ ਤਾਂ ਇਸ ਵਜ੍ਹਾ ਤੋਂ ਇਹਦੇ ਵਾਸਤੇ ਟੋਇਟਾ ਵਾਲਿਆਂ ਨੇ ਬੜਾ ਹੀ ਬੈਸਟ ਆਪਸ਼ਨ ਦਿੱਤਾ ਹੈ ਜਿਹੜਾ ਡਰਾਈਵਰ ਹੈ ਨਾ ਜਿਵੇਂ ਕਿ ਮੈਂ ਚਾਹਨਾ ਕਿ ਹਰ ਵੇਲੇ ਗੱਡੀ ਵਿੱਚ ਏਸੀ ਔਰ ਹੀਟਰ ਚੱਲਦਾ ਰਹੇ ਔਰ ਸਾਰਾ ਜਿਹੜਾ ਭਿਹਾਰੇ ਜ਼ਵਾਨ ਨੇ ਉਹ ਆਦੇ ਗੱਡੀ ਵਿੱਚ ਨਾ ਏਸੀ ਚੱਲੇ ਤਾਂ ਨਾ ਹੀਟਰ ਚੱਲੇ ਕਿਉਂਕਿ ਉਹ ਕੋਈ ਚੀਜ਼ ਆ ਪਸੰਦ ਕੋਈ ਨਹੀਂ ਇਸ ਵਜ੍ਹਾ ਤੋਂ ਇਸ ਗੱਡੀ ਦੇ ਵਿੱਚ ਨਾ ਉਹ ਆਪਸ਼ਨ ਬੜਾ ਮਜ਼ੇਦਾਰ ਹੈ ਪਿਆ ਇਹਦੇ ਚ ਇਹ ਹੈ ਕਿ ਮੈਂ ਆਪਰੀ ਸਾਈਡ ਦਾ AC ਚਲਾ ਦੇ ਸਾ ਮੇਰੀ AC ਦੀ ਹਵਾ ਇੱਥੋਂ ਆਸੀ ਪਈ ਔਰ ਇੱਥੋਂ ਆਸੀ ਪਈ ਤੇ ਰਿਜ਼ਵਾਨ ਅਗਰ ਅਗੂ ਬਹਿ ਮੈਂਦਾ ਉਹ ਕੋ AC ਪਸੰਦ ਨਹੀਂ ਤੋ ਇਨਾ ਬਟਣਾ ਤੂੰ ਆਪਣਾ AC ਬੰਦ ਕਰ ਦਿੰਦਾ ਔਰ ਉਹ ਉਹਦਾ ਇੱਥੋਂ ਨਾ ਨਾ ਇੱਥੋਂ AC ਦੀ ਆਵਾਜ਼ ਹੀ ਤਨਾ ਉੱਥੋਂ ਹਵਾ ਸੀ ਸਿਰਫ ਮੈ ਕਨ ਹਵਾ ਸੀ ਪਈ ਔਰ 3rd A ਆਪਸ਼ਨ ਇੰਦਾ ਬੜਾ ਕਮਾਲ ਹੋਇਆ ਪਿਆ ਇਹ ਬਾਸ ਟਾਈਮ ਲੋਗਾਂ ਕੋ ਨਾ ਉਲਟੀ ਆਂਦੀ ਹੁੰਦੀ ਹੈ ਕਾਰ ਦੇ ਵਿੱਚ ਬਾਮਨ ਜਿਵੇਂ ਕਿ ਬਚਪਨ ਵਿੱਚ ਨਾ ਮੈਨੂੰ ਉਲਟੀ ਆਂਦੀ ਆਂਦੀ ਕਾਰ ਦੇ ਵਿੱਚ ਜੁਹੀ AC ਚਲਾਵੇਂ ਨਾ ਜਾਂ ਹੀਟਰ ਚਲਾਵੇਂ ਨਾ ਮੈਨੂੰ ਉਲਟੀਆਂ ਵਰ ਲੱਗ ਜਾਂਦੀਆਂ ਲੇਕਿਨ ਹੁਣ ਤਾਂ ਆਪਣੇ ਕਾਰ ਆ ਗਏ ਨੇ ਚਲਾਉਣ ਲੱਗੇ ਆਦਤ ਪੈ ਗਈ ਹੁਣ ਉਲਟੀ ਨਹੀਂ ਆਂਦੀ ਲੇਕਿਨ ਪਹਿਲੇ ਉਲਟੀਆਂ ਆਂਦੀ ਹੁੰਦੀਆਂ ਤਾਂ ਉਹਦੇ ਵਾਸਤੇ ਵੀ ਇਹ ਫੀਚਰ ਬੜਾ ਕਮਾਲ ਹੈ ਪਿਆ ਉਹ ਆਪਣੀ ਸਾਈਡ ਤੇ ਬੈਠੇ ਉਹ ਇੱਕ ਨੂੰ ਬੰਦ ਕਰ ਦੇਵੇ ਉਹ ਕੋ ਉਲਟੀ ਨਾ ਆਸੀ ਕਿਉਂਕਿ AC ਸਿਰਫ ਡਰਾਈਵਰ ਸਾਈਡ ਦਾ ਚੱਲਦਾ ਪਏ ਉਂ ਸ ਉਸ ਤੋਂ ਬਾਅਦ ਜਨਾਬ ਇਹ ਇੱਕ ਵੱਡਾ ਸਾਰਾ ਬਟਨ ਖੜੇ ਤੇ ਇਹਦਾ ਕੀ ਫੀਚਰ ਹੈ ਇਹ ਇਹੋ ਤਾਂ ਮੇਨ ਚੀਜ਼ ਹੈ ਫਾਰਚੂਨਰ ਦੀ ਮੇਨ ਚੀਜ਼ ਇਹੋ ਹੈ ਹਾਂਜੀ ਕਿਉਂਕਿ ਇਹ ਗੱਡੀ ਜਿਹੜੀ ਹੈ ਨਾ 4/4 ਹੈ ਪਈ ਤੁਸੀਂ ਅਗਰ ਕਹੀਂ ਟਿੱਬੇ ਤੇ ਗਏ ਖੜੇ ਹੋ ਜਾਂ ਕਹੀਂ ਤੁਸੀਂ ਕੱਚੇ ਇਲਾਕੇ ਚ ਵਿੱਚ ਹੋ ਜਾਂ ਕਹੀਂ ਤੁਸੀਂ ਪਹਾੜੀ ਇਲਾਕੇ ਦੇ ਵਿੱਚ ਹੋ ਜਿੱਥੇ ਤੁਹਾਡੀ ਗੱਡੀ ਫਸ ਜਾਂਦੀ ਹੈ ਦੋ ਟਾਇਰ ਜ਼ੋਰ ਲੈਂਦੇ ਪੈਨ ਗੱਡੀ ਨਹੀਂ ਨਿਕਲਦੀ ਪਈ ਤਾਂ ਤੁਸੀਂ ਇਸ ਬਟਨ ਨਾਲ ਇਸ ਨੂੰ ਘੁਮਾ ਕੇ ਇਹ ਦੇਖੋ ਇਸ ਨੂੰ ਘੁਮਾਓ ਇਵੇਂ ਘੁਮਾਇਸੋ ਗੱਡੀ ਜਿਹੜੀ ਨਾ 4x4 ਲੱਗੂ ਇਸੋ ਜੋ ਹੀ ਤੁਸੀਂ ਇਸ ਬਟਨ ਕੋ ਇਨ ਘੁਮਾਇਸੋ ਤਾਂ ਸਕਰੀਨ ਦੇ ਉੱਤੇ ਦੇਖੋ ਇਹ ਵਾਲਾ ਬਟਨ ਬਲਿੰਕ ਕਰਦਾ ਖੜਾ ਇਹਦਾ ਮਤਲਬ ਇਹ ਹੈ ਕਿ ਗੱਡੀ ਤੁਹਾਡੀ ਜਿਹੜੇ ਨਾ ਉਹ 4x4 ਥੀ ਚੁੱਕੀ ਹੈ ਮਤਲਬ ਚਾਰੋਂ ਟਾਇਰ ਐਕਟੀਵੇਟ ਕਹਿਣ ਦੀ ਹੈ ਜੇ ਡੀ ਲਾ ਕੇ ਟ੍ਰੈਸ ਉੱਪਰ ਐਕਟੀਵੇਟ ਥੀ ਵੈਸੇ ਡਿਟੈਕਟ ਕਹਿਣ ਕਿਉਂਕਿ ਹਾਲੇ ਤੱਕ ਗੱਡੀ ਬੰਦ ਖੜੀ ਥੇ ਨਾ ਜਲੇ ਸਾਂ ਚਲੇ ਸੋ ਆਨ ਕਰੇ ਸੋ ਵਾਲੇ ਗੱਡੀ ਦੇ ਚਾਰੋਂ ਟਾਇਰ ਹੋਰ ਲੈਸਨ ਤਾਂ ਮਤਲਬ ਚਾਰੋਂ ਟਾਇਰ ਦਾ ਮਤਲਬ ਇਹ ਹੈ ਕਿ ਗੱਡੀ ਫੁੱਲ ਪਾਵਰਫੁੱਲ ਥੀ ਜਾਂਦੀ ਜਿਹੜੀ ਗੱ ਆਵਾਜ਼ ਹੁੰਦੀ ਪਈ ਔਰ ਉਸ ਤੋਂ ਬਾਅਦ ਜਿਹੜੀ ਗੱਡੀ ਡੀਜ਼ਲ ਤੇ ਹੋਵੇ ਉਹਦੇ ਚ ਜ਼ੋਰ ਬਹੁਤ ਜ਼ਿਆਦਾ ਹੁੰਦਾ ਜਿਹੜੀ ਗੱਡੀ ਪੈਟਰੋਲ ਤੇ ਹੋਸੀ ਨਾ ਉਹਦੀ ਆਵਾਜ਼ ਕੋਈ ਨਾ ਹੋਸੀ ਉਹਦਾ ਸਾਊਂਡ ਕੋਈ ਨਾ ਹੋਸੀ ਲੇਕਿਨ ਉਸ ਗੱਡੀ ਪਾਵਰ ਵੀ ਕੋਈ ਨਾ ਹੋਸੀ ਉਸ ਗੱਡੀ ਦੀ ਸਪੀਡ ਜ਼ਿਆਦਾ ਹੋਸੀ ਲੇਕਿਨ ਪਾਵਰ ਜ਼ਿਆਦਾ ਕੋਈ ਨਾ ਹੋਸੀ ਤਾਂ ਇਹ ਗੱਡੀ ਸਾਡੀ ਡੀਜ਼ਲ ਤੇ ਹੋਣ ਦੇ ਬਾਵਜੂਦ 200 ਦੀ ਸਪੀਡ ਚ ਜਾਂਦੀ ਹੈ ਔਰ ਪਾਵਰਫੁੱਲ ਤਾਂ ਬਹੁਤ ਜ਼ਿਆਦਾ ਹੈ ਪਈ ਨਾ ਇਹਦੇ ਪਿੱਛੋਂ ਅਸਾਂ ਇੱਕ ਟਰਾਲੀ ਪਾ ਕੇ ਛਕੂ ਨਾ ਵਲਵਿੰਗ ਦੀ ਪਾਵਰ ਜ਼ਿਆਦਾ ਹੈ ਪਈ ਟਰਾਲੀ ਕੁਛ ਛਕ ਵੈਸੀ ਔਰ ਇਨਸ਼ਾਅੱਲਾ ਆਉਣ ਵਾਲੇ ਵੀਡੀਓ ਚ ਕਲਪੇ ਕੋ ਇਹ ਲ ਸੰਗਦੇ ਜੋ ਕਿ ਅਸਾ ਵੀਡੀਓ ਦੇ ਢਾਈ ਕਿ ਇੱਕ ਬੰਦਾ ਨਾਲ ਲੈਜੈਂਡਰ ਦੀ ਪਾਵਰ ਚੱਕਣ ਵਾਸਤੇ ਉਹਦੇ ਪਿੱਛੇ ਟਰਾਲੀ ਪਾ ਦੇਂਦਾ ਲੋਡ ਉਹ ਕੁ ਵਿੱਚੋ ਕਿ ਚੱਕਵੇਂ ਦਾ ਲੈਜੈਂਡਰ ਰਸ ਤੋਂ ਬਾਅਦ ਜਿਹੜੀ ਹਲ ਹੁੰਦੇ ਨੇ ਪਏ ਉਹ ਕੁ ਵਿੱਚ ਘਿਲੇਂਦਾ ਉਹ ਹਲ ਵੀ ਮਰੀਂਦਨ ਵੈਂਦੇ ਤਾਂ ਮਤਲਬ ਇਹਦੀ ਪਾਵਰ ਇਤਨੀ ਜ਼ਿਆਦਾ ਹੈ ਫਿਰ ਉਹ ਪਾਵਰ ਅਸਾ ਉਹਦੇ ਵੀਡੀਓ ਦੇ ਵਿੱਚ ਉਹਦੇ ਲੈਜੈਂਡਰ ਦੀ ਢਿਠੇ ਆਸੇ ਲੇਕਿਨ ਆਉਣ ਵਾਲੇ ਵਕਤ ਤੇ ਥੋਕ ਮੇ ਆਪਣੇ ਲੈਜੈਂਡਰ ਦੀ ਪਾਵਰ ਦੇਖਿਆ ਸਾ ਔਰ ਇਹਦੇ ਪਿੱਛੇ ਟਰਾਲੀ ਜਾਂ ਅਸਾ ਕਲਟੀ ਪਾ ਕੇ ਜਾਂ ਹਲ ਪਾ ਕੇ ਤਾਂ ਕੋਈ ਦੀ ਪਾਵਰ ਦੇਖਿਆ ਔਰ ਕਈ ਕਦੇ ਨਾਲ ਅਸਾ ਮੁਕਾਬਲਾ ਵੀ ਲੈਸੋ ਮਤਲਬ ਦੇਖ ਸੋ ਸਾਡੀ ਪਲੈਂਜੈਂਡਰ ਕਿੰਨੀ ਪਾਵਰ ਹੈ ਪੀ ਕਿਹਦਾ ਸੱਤ ਪਤਾ ਹੈ ਉਮੇਰ ਤੇ ਮੈਂ ਜਿਹੜਾ ਨਾ ਦੋਹਾਂ ਗੱਡੀਆਂ ਦੇ ਨਾ ਨਚੋੜ ਗੱਢਦੇ ਫੁੱਲ ਅਸਾ ਸਿਵਿਕ ਗਿੱਦੇ ਸਿਵਿਕ ਦੇ ਵੀ ਪਾਵਰ ਦਾ ਮੁਕਾਬਲਾ ਕੀਤਾ ਸੀ ਉਹਦਾ ਜ਼ੋਰ ਡਿਠਾ ਸੀ ਬੀ ਸਿਵਿਕ ਕਿੰਨਾ ਮੁਕਾਬਲਾ ਹੈ ਕਿ ਸਿਵਿਕ ਕਿੰਨਾ ਜ਼ੋਰ ਹੈ ਪਿਆ ਇੱਕ ਮਦਦ ਟ੍ਰਿਕ ਹੋਵੇ ਜੋ ਉਹ ਗੱਡੀਆਂ ਟੂ ਬੈਟੂ ਉਹ ਛਿੱਕੀ ਮੈਂ ਦੀ ਸਾਡੀ ਗੱਡ ਬੰਦਾ 4 ਬੀ 4 ਲਾਦੇ ਉਹ ਕਿਹੜਾ ਪਤਾ ਹੈ ਸੱਚੇ ਕੋਈ ਸੋ ਜਾ ਹਾਂ ਨਾ ਮਤਲਬ ਕਈ ਨਾ ਬੰਦਾ ਜ਼ੋਰ ਦਾ ਮੁਕਾਬਲਾ ਲੈਂਦਾ ਜਿਵੇਂ ਕਿ ਥਾਕ ਉਹ ਮੇਰੇ ਰੈਗੂਲਰ ਈਵਰੀ ਵੇ ਤਾਂ ਪਤਾ ਉਸੇ ਅਸਾ ਥੋੜਾ ਅਰਸਾ ਤਗੀ ਹੈ ਤਾਂ ਹੁਣ ਇਨਸ਼ਾਅੱਲਾ ਆਉਣ ਵਾਲੇ ਵੀਡੀਓ ਦੇ ਵਿੱਚ ਅਸਾਂ ਸਿਵਿਕ ਦਾ ਮੁਕਾਬਲਾ ਲੈਜੈਂਡਰ ਨਾਲ ਐਸਾਂ ਪਰ ਦੇਖਸੋ ਲੈਜੈਂਡਰ ਚ ਪਾਵਰ ਜ਼ਿਆਦਾ ਹੈ ਜਾਂ ਹੋਂਡਾ ਸਿਵਿਕ ਦੇ ਵਿੱਚ ਤੋ ਤੁਹਾਨੂੰ ਕੀ ਲੱਗਦਾ ਕਿਹੜਾ ਜਿੱਤੇ ਮੈਨੂੰ ਲੱਗਦਾ ਲੈਜੈਂਡਰ ਜਿੱਤੇ ਹਾਂ ਕਿਉਂਕਿ ਪਾਵਰਫੁਲ ਗੱਡੀ ਹੈ ਇਹ ਇੰਦਾ 4/4 ਹੈ ਇੰਦਾ ਇੰਜਣ ਵੀ ਵੱਡਾ ਹੈ ਔਰ ਮਜ਼ੇ ਦੀ ਗੱਲ ਹੈ ਸਾਡਾ ਜਿਹੜਾ ਲੈਜੈਂਡਰ ਹੈ 2800 ਸੀਸੀ ਹੈ ਭਾਈ ਸਾਡੀ ਜਿਹੜੀ ਸਿਵਿਕ ਹੈ ਉਹ 1800 ਸੀਸੀ ਹੈ ਭਾਈ ਜਿਹੜੀ ਸਾਡੀ ਆਲਟੋ ਹੈ ਉਹ 650 ਸੀਸੀ ਹੈ ਭਾਈ ਸਾਡੀ ਆਲਟੋ ਜਿਹੜਾ ਨਾ ਲੈਜੈਂਡਰ ਦੇ ਸਾਹਮਣੇ ਬੱਚੀ ਹੈ ਭਾਈ ਸਿਵਿਕ ਵੀ ਬੱਚ DAC ਹੁਣ ਤੁਸੀਂ ਸੁਚੇਂਦੇ ਬੈਠੇ ਹੋ ਸੋ ਜਨਾਬ ਕਿ ਇਹ DAC ਵਾਲਾ ਕੀ ਹਿਸਾਬ ਟੱਣੇ ਪੀ ਇਹ ਹੁਣ ਕਿਆ ਫੀਚਰ ਹੈ ਮੈਂ ਤੁਹਾਨੂੰ ਦੱਸਿਆ ਨਾ ਜਿਸ ਕੰਮ ਤੁਸੀਂ ਪਹਾੜੀ ਇਲਾਕੇ ਤੇ ਹੁੰਦੇ ਵੇ ਜਾਂ ਤੁਸੀਂ ਰੇਡ ਤੇ ਖੜੇ ਹੁੰਦੇ ਬਹੁਤ ਉੱਚੇ ਤੇ ਹੁੰਦੇ ਵੇ ਉੱਚੇ ਤੋਂ ਤੁਸੀਂ ਤੱਲੇ ਆਂਦੇ ਪੈਵੇਂ ਗੱਡੀ ਦਾ ਤੁਸੀਂ ਰੇਸ ਨਾ ਵੀ ਦਿਓ ਨਾ ਗੱਡੀ ਤੁਹਾਡੀ ਰੇਣ ਲੱਗ ਵੰਦੋਂ ਗੱਡੀ ਤੁਹਾਡੀ ਸਪੀਡ ਵਧਾਉਣ ਪੈਵੇਂਦੀ ਉਸ ਟਾਈਮ ਤੇ ਤੁਹਾਨੂੰ ਬ੍ਰੇਕ ਦਬਾਉਣੀ ਪਉਂਦੀ ਔਰ ਵਾਲਾ ਵਾਲਾ ਬ੍ਰੇਕ ਵੀ ਦਬਾਉਣੀ ਪਉਂਦੀ ਔਰ ਰੇਸ ਵੀ ਦਬਾਉਣੀ ਪਉਂਦੀ ਤਾਂ ਡਰਾਈਵਰ ਜੜਾ ਨਾ ਥੋੜੇ ਜਿਹਾ ਕੰਫਿਊਜ਼ ਥੀ ਜਾਂਦੇ ਇਸ ਵਜ੍ਹਾ ਤੋਂ ਟੁ ਸੇਨਾ ਕੇ ਮੈਡੀ ਸਪੀਡ ਵਧਦੀ ਪਈ ਉਸ ਟਾਈਮ ਗੱਡੀ ਜਿਹੜੀ ਨਾਲ ਖੁਦ ਬਖੁਦ ਆਪਣੀ ਬ੍ਰੇਕਿੰਗ ਆਪ ਕਰੇ ਸੀ ਆਪਣਾ ਬ੍ਰੇਕ ਆਪ ਲੈ ਸੀ ਡਰਾਈਵਰ ਕੋ ਜ਼ਰੂਰਤ ਪੇਸ਼ ਨਾ ਸੀ ਓਕੇ ਉਹ ਗੱਡੀ ਦਾ ਬ੍ਰੇਕ ਵਾਲਾ ਬਟਨ ਦਬਾਵੇ ਤਾਂ ਇਹ ਵਾਲੇ ਫੀਚਰ ਇਸ ਗੱਡੀ ਦੇ ਵਿੱਚ ਬੜੇ ਕਮਾਲ ਦੇ ਹਨ ਪਏ ਔਰ ਉਸ ਤੋਂ ਬਾਅਦ ਜਨਾਬ ਤੁਸੀਂ ਦੇਖੋ ਇਸ ਜਗ੍ਹਾ ਤੇ ਵੀ ਬਟਨ ਲੱਗੇ ਹੋਏ ਨੇ ਪਏ ਇਸ ਗੱਡੀ ਜਿਹੜਾ ਹਰ ਪਾਸੋਂ ਬਟਨ ਹੀ ਬਟਨ ਨੇ ਪਏ ਬਟਨ ਹੀ ਬਟਨ ਨੇ ਪਏ ਤਾਂ ਸਭ ਬਟਨ ਆ ਕੁਦ ਦਬਾਉਣ ਦੇ ਨਾਲ ਗੱਡੀ ਤੁਹਾਡੀ ਤੁਹਾ ਨਾਲ ਮਜ਼ੇ ਕਰਦੀ ਵਸੀ ਦੇਖੋ ਪੰਜ ਬਟਨ ਇਸ ਸਾਈਡ ਤੇ ਦੇਖਣ ਨੂੰ ਤੇ ਇਹ ਖੜਾ ਹੈ ਇਕੋ ਮੋਡ ਨਾਰਮਲ ਮੋਡ ਔਰ ਸ ਥੋੜਾ ਥੋੜਾ ਪੀਵੇ ਬਲਕਿ ਥੋੜਾ ਪੀਵੇ ਵੀ ਨਾ ਸਿੰਘੇ ਉਸ ਦੌਰਾਨ ਤੁਸੀਂ ਇਹ ਵਾਲਾ ਇਕੋ ਵਾਲਾ ਬਟਨ ਦਬਾ ਦਿਓ ਇਕੋ ਮੋਡ ਤੇ ਕਰ ਦੇ ਸੋ ਤਾਂ ਗੱਡੀ ਤੁਹਾਡੀ ਪੈਟਰੋਲ ਹੈ ਨਾ ਉਹ ਥੋੜਾ ਥੋੜਾ ਪੀਸੀ ਜ਼ਿਆਦਾ ਨਾ ਪੀਸੀ ਕੁਝ ਬੰਦੇ ਹਨ ਯਾਰ ਇਕੋ ਮੋਡ ਤੇ ਸਭ ਕੁ ਚਸ ਨਹੀਂ ਆਂਦੀ ਅਸਾ ਜਾਣੇ ਕਿ ਸਾਡੀ ਪੈਟਰੋਲ ਜਿਹੜਾ ਨਾ ਨੋਰਮਲ ਨੋਰਮਲ ਪੀਵੇ ਜ਼ਿਆਦਾ ਵੀ ਨਾ ਪੀਵੇ ਔਰ ਥੋੜਾ ਵੀ ਨਾ ਪੀਵੇ ਉਹ ਵਾਲਾ ਬੰਦਾ ਇਸ ਨੋਰਮਲ ਵਾਲੇ ਬਟਨ ਤੇ ਦਬਾ ਦੇ ਸੀ ਔਰ ਕੁਝ ਬੰਦੇ ਉਹਨਾਂ ਉਮੇਰ ਭਾਈ ਦੀ ਤਰ੍ਹਾਂ ਭਾੜੀ ਯਾਦਨ ਪੈਸੇ ਤਾਂ ਡੀਜ਼ਲ ਦੇ ਸ਼ਹਾਜ਼ਾਦ ਭਾਈ ਨੇ ਭਰਨ ਅਸਾ ਸਿਰਫ ਗੱਡੀ ਦਾ ਸ਼ਸ ਕੇ ਵੇ ਵਧਾ ਦੇਸੀ ਆਪਣੀ اور sport mode ਤੇ ਲੱਗ ਕੇ ਗੱਡੀ ਜਹਾਜ਼ ਬਣ ਜਾਂਦੀ ਹੁੰਦੀ ਤਾਂ ਕੋਈ ਪਤਾ ਸਾਡੀ ਸੇ ਇੱਕ ਵੀ ਬਣਦੀ ਪਰ ਉਸ ਤੋਂ ਬਾਅਦ ਬਟਨ ਰਹਿ ਗਣ A ਵਾਲੇ ਡੂ ਇਹਨਾਂ ਦੇ ਮਤਲਬ ਫੰਕਸ਼ਨ ਦਿਖਾਵਾ ਜਾਂ ਇਹਨਾਂ ਦਾ ਕੀ ਆਪਸ਼ਨ ਹੈ ਪਿਆ ਬਾਸ ਟਾਈਮ ਬਾਰਿਸ਼ ਆਹੀ ਪਈ ਹੁੰਦੀ ਹੈ ਤੂੰ ਸਾ ਚਿੱਕੜ ਜਪੈ ਸੇ ਵਧੇ ਹੁੰਦੇ ਵੇ ਔਰ ਗੱਡੀ ਤੁਹਾਡੀ ਥਿਲਕਣ ਲੱਗ ਵੰਦੀ ਕਿਵੇਂ ਇੱਡੇ ਤੇ ਕਿਵੇਂ ਇੱਡੇ ਕਿਉਂਕਿ ਚਿੱਕੜ ਮੱਚੀ ਖੜੀ ਹੁੰਦੀ ਸ ਚਿੱਕੜ ਦੇ ਵਿੱਚ ਤੂੰ ਸਾ ਅਗਰ ਇਹ ਵਾਲਾ ਬਟਨ ਦਬਾ ਦੇ ਸੋ ਨਾ ਤਾਂ ਵਾਲ ਗੱਡੀ ਤੁਹਾਡੀ ਜਾਣਾ ਕਲਕਸੀ ਕੋਇਨਾ ਇਹਦੇ ਦੇ ਫਿਸਲ ਸੀ ਕੋਇਨਾ ਇਹ ਬਟਨ ਦਬਾ ਸੋ ਟਾਇਰ ਜਿਹੜਾ ਨਾ ਉਤਲੇ ਗ੍ਰਿਪ ਬਣਾ ਗਿੰਸ ਜ਼ਮੀਨ ਨਾਲ ਜ਼ਮੀਨ ਕੋ ਪਕੜ ਗਿੰਸ ਗੱਡੀ ਤੁਹਾਡੀ ਫਿਸਲ ਸੀ ਨਾ ਇੱਕ ਜਗ੍ਹਾ ਤੇ ਖੜ ਵੈਸੀ ਔਰ ਆਪਣੇ ਆਪ ਕੋ ਮਜ਼ਬੂਤ ਕਰ ਗਿੰਸ ਔਰ ਮੈਂ ਕੋਇ ਕਿਨਾਂ ਦਬੀਆਂ ਫੀਚਰ ਬਹੁ ਹੀ ਕਮਾਲ ਲੱਗਦਾ ਜਿਵੇਂ ਕਿ ਮੈਂ ਅਕਸਰ ਐਨਕ ਪਾਤੀ ਵਦਾਨਾ ਫੁਤੇੜ ਛੜੜੀ ਮਰੇਦਾ ਵਦਾਨਾ ਤਾਂ ਉਹਨਾਂ ਮੇਰੇ ਵਾਸਤੇ ਇਹ ਫੀਚਰ ਬਣਾਏ ਮਤਲਬ ਜੇਲੇ ਮੈਂ ਐਨਕ ਰੱਖਣੀ ਹੋਸੀ ਤਾਂ ਮੈਂ ਇਹ ਜਗ੍ਹਾ ਤੇ ਰੱਖਦੇ ਸਾਂ ਸੇਫ ਥੀ ਵੈਸੀ ਜੇਲੇ ਮੈਂ ਪਾਣੀ ਉਸ ਵਲੀ ਥੋ ਚਾ ਕੇ ਇਹ ਕੋ ਬੰਦ ਕਰਕੇ ਪਾ ਗਿੰਸ

ਇਕ ਨੂੰ ਦਬਾਓ ਇੰਨ ਦੇ ਅੰਦਰ ਰੱਖੋ ਔਰ ਉਸ ਬਟਨ ਨੂੰ ਬੰਦ ਕਰ ਦਿਓ ਔਰ ਟਵਿੱਟਰ ਦਾ ਇੱਕ ਇਹ ਫੀਚਰ ਵੀ ਬਹੁਤ ਜ਼ਿਆਦਾ ਪਸੰਦ ਆਇਆ ਕਿ ਤੁਸੀਂ ਆਪਣੀ ਗੱਡੀ ਦਾ ਟਾਈਮ ਹੀ ਸੈੱਟ ਕਰ ਸਕਦੇ ਹੋ ਤੁਸੀਂ ਟਾਈਮ ਹੀ ਦੇਖ ਸਕਦੇ ਹੋ ਤੁਹਾਡੀ ਗੱਡੀ ਦਾ ਟਾਈਮ ਕਿੱਥੇ ਨਾ ਇਸ ਗੱਡੀ ਦੇ ਬਹਿ ਕੇ ਤੁਹਾਨੂੰ ਵਲਾਵਲਾ ਮੋਬਾਈਲ ਦੇ ਉੱਤੇ ਜਾਂ ਘੜੀ ਕੋ ਦੇਖਣ ਦੀ ਜ਼ਰੂਰਤ ਕੋਈ ਨਹੀਂ ਡਾਇਰੈਕਟਲੀ ਤੁਸੀਂ ਇੱਥੇ ਦੇਖੋ ਔਰ ਤੁਹਾਨੂੰ ਟਾਈਮ ਦੱਸਾ ਦੇਸੀ ਇਹ ਜਿੰਨੇ ਹੁਣ ਤੱਕ ਤੁਹਾਨੂੰ ਆਪਸ਼ਨ ਦਿਖਾਇਆ ਸੀ ਨਾ ਗੱਡੀ ਦੇ ਇਹ ਤਾਂ ਹਵੇ ਸਾਰੇ ਫਰੰਟ ਸੀਟਾਂ ਦੇ ਔਰ ਹੁਣ ਵਾਲਾ ਨੇ ਅਸਾ ਪਿਛਲਾ ਸੀਟਾਂ ਦੇ ਜਿਵੇਂ ਕਿ ਅਗਲੇ ਸੀਟਾਂ ਦੇ ਉੱਤੇ ਇਤਨੇ ਆਪਸ਼ਨ ਹਨ ਨ ਗੱਡੀ ਲੋਕੇ ਹਾਂਜੀ ਇੱਕ ਦੀ ਹੁਣ ਅਲੌਕ ਥੇ ਚੁੱਕੀ ਐ ਸੌਣ ਬੰਦੇ ਪੈ ਹੈ ਪਿਛਲਾ ਸੀਟਾਂ ਦੇ ਉੱਤੇ ਪਿਛਲੇ ਬੰਦੇ ਬੰਧਨਾਂ ਉਹਨਾਂ ਵਾਸਤੇ ਵੀ ਇੱਕ ਬੜੀ ਕਮਾਲ ਦੀ ਔਰ ਲਗਜ਼ਰੀ ਗੱਡੀ ਬਣਾਈ ਗਈ ਐ ਸਾਡੀ ਮਲਾਜਾ ਸੇਮ ਇਹਦੇ ਗੇਟਾਂ ਦੇ ਵਿੱਚ ਵੀ ਸ਼ੀਸ਼ੇ ਕੂਤੇ ਤਲੇ ਕਰ ਸਕਦੇ ਵੇ ਗੱਡੀ ਕੋ ਲਾਕ ਕਰਨ ਲਾਕ ਕਰ ਸਕਦੇ ਵੇ ਇਥੋਂ ਗੱਡੀ ਗੇਟ ਖੋਲ ਸਕਦੇ ਵੇ ਇਸ ਬਟਨ ਤੋਂ ਔਰ ਗੇਟ ਦੇ ਵਿੱਚ ਇਸ ਜਗ੍ਹਾ ਤੇ ਤੁਸੀਂ ਆਪਣਾ ਜੂਸ ਵਾਲਾ ਕੱਪ ਜਾਂ ਚਾਹ ਜਾਂ ਕੌਫੀ ਵਗੈਰਾ ਰੱਖ ਸਕਦੇ ਵੇ ਇਸ ਜਗ੍ਹਾ ਤੇ ਔਰ ਇਥਾ ਆਪਣੇ ਡਾਕੂਮੈਂਟ ਵਗੈਰਾ ਮੋਬਾਈਲ ਵਗੈਰਾ ਵੀ ਇਥਾ ਗੇਟ ਦੇ ਵਿੱਚ ਰੱਖ ਸਕਦੇ ਵੇ ਬਿਸਮਿਲ੍ਲਾ ਪੜ ਕੇ ਪਹਿ ਇਤੋ ਹੱਥ ਪਕੜ ਕੇ ਔਰ ਤੁਸੀਂ ਮਜ਼ੇ ਨਾਲ ਗਿੱਦਨੇ ਪਿੱਛੋਂ ਬਹਿ ਵੰਦੇ ਗੇਟ ਕਰੋ ਬੰਦ ਹੁਣ ਮੈਦੇ ਜੀਆਂ ਬੰਦਾ ਪਿੱਛੋਂ ਬਹਿ ਵੰਦੇ ਨਾ ਸਿੱਧਾ ਠੀਕ ਬਾਹਣਾ ਵਾਸਤੇ ਮੁਸ਼ਕਿਲ ਹੁੰਦੇ ਉਹ ਬੰਦਾ ਚਾਹੁੰਦਾ ਕਿ ਮੈਂ ਮੈਂ ਲਗਜ਼ਰੀ ਤਰੀਕੇ ਨਾਲ ਬਾਹਾਂ ਉਹਦੇ ਵਾਸਤੇ ਪਿੱਛੋਂ ਜਨਾਬ ਦਿੱਤਾ ਗਿਆ ਕੰਸੋਲ ਉਹ ਇੱਥੇ ਹੱਥ ਰੱਖ ਕੇ ਬਹਿ ਵੰਦੇ ਜਿਵੇਂ ਕਿ ਮੇਰੀ ਆਦਤ ਹੈ ਕਿ ਮੈਂ ਜਿਹੜਾ ਨਾ ਅਕਸਰ ਗਰੀ ਦੇ ਜੂਸ ਜਾਂ ਚਾਹੇ ਜਾਂ ਕਸ਼ੇ ਖਾਂਦਾ ਪੀਂਦਾ ਬਦਰਾਨਾ ਉਹ ਰੱਖਣ ਵਾਸਤੇ ਵੀ ਟੋਇਟਾ ਲੰਨੇ ਜਗ੍ਹਾ ਦਿੱਤੀ ਹੋਈ ਹੈ ਸਾਹਮਣੇ ਦੇਖੋ ਇਹ ਵਾਲਾ ਬਟਨ ਦਬੈ ਸੋ ਇਦੂ ਹੈ ਟ੍ਰੇ ਨਿਕਲ ਕੇ ਆਵੰਦੀ ਵੀ ਇਸ ਟ੍ਰੇ ਦੇ ਵਿੱਚ ਤੁਸੀਂ ਇੱਕ ਗਲਾਸ ਇਥਰੈਕਸਡ ਦੇਵੇ ਇੱਕ ਗਲਾਸ ਇਥਰ ਰੱਖ ਸਕਦੇ ਹੋ ਮਿਸਾਲ ਦੇ ਤੌਰ ਤੇ ਇਸ ਜਗ੍ਹਾ ਤੇ ਮੈਂ ਬੈਠਾ ਸੀ ਯਾਰ ਉਂ ਸਾਈਡ ਤੋਂ ਮੇਰੀ ਵਾਈਫ ਬੈਠੀ ਹੋਈ ਥੀ ਉਹ ਆਪਣਾ ਜੂਸ ਅਲਾ ਗਲਾਸ ਇਸ ਜਗ੍ਹਾ ਤੇ ਰੱਖ ਦੇ ਸੀ ਔਰ ਮੈਂ ਆਪਣਾ ਜੂਸ ਅਲਾ ਗਲਾਸ ਇਸ ਜਗ੍ਹਾ ਤੇ ਰੱਖ ਦੇ ਸਾਂ ਉਸ ਤੋਂ ਬਾਅਦ ਫਕ ਪਤਾ ਐਸਾ ਦੋਹਾਂ ਮੋਬਾਈਲ ਯੂਜ਼ਰ ਐ ਦੋਹਾਂ ਹਸਬੰਡ ਵਾਈਫ ਸਾਡੇ ਮੋਬਾਈਲ ਦੀ ਅਗਰ ਬੈਟਰੀ ਖਤਮ ਥੀ ਰਹਦੀ ਹੈ ਤਾਂ ਅਸਾ ਆਪਣੇ ਮੋਬਾਈਲ ਵੀ ਦੋਹਾਂ ਚਾਰਜ ਕਰ ਸਕਦੇ ਆ ਇਹ ਸਾਹਮਣੇ ਦੇਖੋ ਇੱਕ ਬਟਨ ਇਹ ਦਿੱਤਾ ਖੜੇ ਇਸ ਜਗ੍ਹਾ ਦੇ ਵਿੱਚ ਆਪਣਾ ਲੀਡਲੈਸ ਬਾਜ਼ ਟਾਈਮ ਲੋਗ ਵੈਨ ਟ੍ਰੈਵਲ ਦੇ ਉਤੇ ਸਫਰ ਦੇ ਉਤੇ ਸਾਲ ਦੇ ਤੌਰ ਤੇ ਅਸਾ ਪੜਵੈਨੇ ਕੋਈ ਐਸੀ ਜਗ੍ਹਾ ਦੇ ਉਤੇ ਬਰੂਨ ਦੇ ਵਿੱਚ ਐਸੇ ਕਹੀਂ ਪਹਾੜੀ ਲੱਗ ਕੇ ਚੱਪੜ ਵੈਨੇ ਜਿੱਥਾ ਨਾ ਬਿਜਲੀ ਕੋਈ ਨਹੀਂ ਔਰ ਉੱਥਾ ਅਗਰ ਅਸਾਂ ਕੱਪੜੇ ਇਸਤਰੀ ਕਰਨ ਤਾਂ ਅਸਾਂ ਕੱਪੜੇ ਇਸਤਰੀ ਕੀਵੇਂ ਕਰੈਸੋਂ ਕਿਉਂਕਿ ਉੱਥਾ ਬਿਜਲੀ ਤਾਂ ਹੈ ਕੋਈ ਨਾ ਔਰ ਅਸਾਂ ਇਸਤਰੀ ਆਪਣੀ ਘਰੋਂ ਚਾਹੀ ਵੈਸੋਂ ਬਿਜਲੀ ਵਾਸਤੇ ਅਸਾਂ ਆਪਣੇ ਫਾਰਚੂਨਰ ਦੀ ਹੈਲਪ ਗੇਨਸੋਂ ਕਿਉਂਕਿ ਜਿਹੜਾ ਫਾਰਚੂਨਰ ਹੈ ਇਹ ਸਾਡੇ ਵਾਸਤੇ ਮਿੰਨੀ ਹੋਮ ਦਾ ਕੰਮ ਵੀ ਕਰੇਂਦਾ ਇਹਦੇ ਵਿੱਚ ਛੋਟਾ ਜਿਹਾ ਬਿਜਲੀ ਕਰੈਟ ਵੀ ਦਿੱਤਾ ਵੈਨੇ ਸਾ ਇਸਤਰੀ ਚਲਾ ਸਕਦੇ ਆ ਪੱਖਾ ਚਲਾ ਸਕਦੇ ਆ ਜਾਂ ਕੋਈ ਅਗਰ ਮੋਟਰ ਚਲਾਉਣੀ ਹੋਵੇ ਤਾਂ ਸਾ ਉਹ ਵੀ ਚਲਾ ਸਕਦੇ ਆ ਕਿਉਂਕਿ ਇਸ ਦੇ ਵਿੱਚ 220 ਵੋਲਟ ਦਾ ਕਰੰਟ ਆਂਦਾ ਵੇ 220 ਵੋਲਟ ਇੰਦੇ ਉੱਤੇ ਸਾਹਮਣੇ ਲਿਖਿਆ ਹੋਇਆ ਪਿਆ AC 220 ਵੋਲਟ ਦੋਸਾਂ ਨਾਰਮਲੀ ਤੌਰ ਦੇ ਉੱਤੇ ਇੰਦੇ ਉੱਤੇ ਮਤਲਬ ਕਿ ਦੋ ਜਿਹੜਾ ਫਰਚਨਰ ਜਿਹੜਾ ਫਰਚਨਰ ਇੱਥੋਂ ਕੋਈ ਜਨਰੇਟਰ ਦਾ ਕੰਮ ਵੀ ਲੈਂਦਾ ਬਸ ਸਾ ਆਪਣਾ ਲੈਜੈਂਡਰ ਸਟਾਰਟ ਕਰੋ ਉਹ ਸਵਿਚ ਆਪਣਾ ਇੱਥੇ ਲਾਓ ਔਰ ਆਪਣਾ ਇਸਤਰੀ ਚਲਾਓ ਜੋ ਮਰਜ਼ੀ ਚਲਾਓ ਪਤਾ ਕੋਈ ਬਿਜਲੀ ਵਾਲਾ ਆਪਸ਼ਨ ਵੀ ਦੇਂਦਾ ਸਾਡੇ ਘਰ ਅਗਰ ਬਿਜਲੀ ਲੱਗੀ ਹੋਈ ਵੈਂਦੀ ਤਾਂ ਸਾ ਆਪਣਾ ਲੈਜ

ਪੈਸੇ ਲੱਗਨੇ ਪਰਚੇਜ਼ ਬਣ ਗਈ ਹੁਣ ਤੁਸੀਂ ਸਟੇਂਡ ਇਹ ਬੈਠੇ ਹੋ ਉਸੋ ਕਿ ਅਗਲੇ ਬੰਦੇ ਵਾਸਤੇ ਐਸੀ ਤੇ ਹੀਟਰ ਤਾਂ ਦਿੱਤਾ ਗਿਆ ਲekin ਜਿਹੜੇ ਬੰਦੇ ਪਿੱਛੋਂ ਬਸਨ ਉਹ ਤਾਂ ਛੋਦੇ ਪਸੀਨਾ ਪਸੀਨ ਥੀ ਵਸਨ ਨਾ ਲਾਲਾ ਨਾ ਫਾਰਚੂਨਰ ਹੋਵੇ ਔਰ ਪਿਛਲੇ ਬੰਦੇ ਨੂੰ ਪਸੀਨਾ ਆਵੇ ਇਹ ਜ਼ਾਸਤਾ ਨਹੀਂ ਆਦੀ ਇਹ ਦੇਖੋ ਸਾਹਮਣੇ ਇਹ ਗ੍ਰਿਲੇ ਖੜੀ ਏ ਥਈ ਦੂਜੀ ਗ੍ਰਿਲ ਇਹ ਖੜੀ ਏ ਥਈ ਇਹਨਾਂ ਦੇ ਵਿੱਚ ਐਸੀ ਤੇ ਹੀਟਰ ਦੀ ਗਰਮ ਔਰ ਠੰਡੀ ਹਵਾ ਆਂਦੀ ਔਰ ਪਿਛਲੇ ਬੰਦੇ ਦਾ ਜਿਹੜਾ ਐਸੀ ਇਹਨਾਂ ਦਾ ਇੱਕ ਅਲੱਗ ਐਸੀ ਲਗਾ ਹੋਇਆ ਹੁੰਦਾ ਗੱਡੀ ਦੇ ਵਿੱਚ ਅਗਲੇ ਬੰਦੇ ਅਗਰ ਚਾਹਦੇ ਪੈਨ ਕਿ ਐਸਾ ਆਪਣੀ ਗੱਡੀ ਦਾ ਐਸੀ ਨਾਲ ਕਾਰ ਸੰਗਦਨ ਆਟੋ ਕਾਰ ਸੰਗਦਨ ਔਰ ਇਥੋਂ ਠੰਡੀ ਠੰਡੀ ਤੇ ਗਰਮ ਹਵਾ ਵੀ ਕਹਿ ਸਕਦਨ ਇਹ ਚੈੱਕ ਕਰੋ ਇਹ ਸਾਹਮਣੇ ਗ੍ਰਿਲਾਂ ਖੜੇ ਨੇ ਨਾ ਪਿਛਲੇ ਬੰਦ ਆ ਜਿਹੜਾ AC ਔਰ ਹੀਟਰ ਇਹ ਮਤੋਂ ਕੋ ਆਨ ਕਰਕੇ ਦਿਖਾਣਾ ਇਹ ਦੇਖੋ ਇਹ ਬਟਨ ਦਬਾਉਂਦਾ ਵੈਸਾ ਆਵਾਜ਼ ਆਂਦੀ ਪਈ ਇਸ ਗ੍ਰਿਲ ਦੇ ਵਿੱਚੋਂ ਠੱਡੀ ਹਵਾਾਂ ਦੀ ਪੀਸਟੈਂ ਕਿਉਂਕਿ ਗੱਡੀ ਬੰਦ ਖੜੀ ਇਥੇ ਜੁਹੀਂ ਗੱਡੀ ਸਟਾਰਟ ਥੀ ਸੀ ਇਸ ਦੇ ਵਿੱਚੋਂ ਗਰਮ ਗਰਮ ਹਵਾ ਆਉਣਾ ਸਟਾਰਟ ਥੀ ਵੈਸੀ ਔਰ ਜਿਹਲੇ ਚਾਹੋ ਤੁਸੀਂ ਕਿ ਹੁਣ ਏਸੀ ਤੇ ਹੀਟਰ ਬੰਦ ਕਰਨਾ ਹੈ ਹਾਲ ਤਾਂ ਸਾਈਂ ਆਫ ਵਾਲਾ ਬਟਨ ਦਬੈਸੋ ਔਰ ਗੱਡੀ ਦਾ ਏਸੀ ਔਰ ਹੀਟਰ ਬੰਦ ਥੀ ਵੈਸੀ ਹੁਣ ਅਸਾਂ ਗੱਡੀ ਦੇ ਆ ਚੁੱਕੇ ਹਾਂ ਬਾਹਰੋਂ ਅਗਲਾ ਸੀਟਾਂ ਦੇ ਵੀ ਸੋਖ ਸਾਰੇ ਆਪਸ਼ਨਸ ਦੱਸ ਦਿੱਤੇ ਸੇ ਔਰ ਇਨ ਪਿਛਲਾ ਸੀਟਾਂ ਦੇ ਵੀ ਆਪਸ਼ਨਸ ਦੱਸ ਦਿੱਤੇ ਸੇ ਲੇਕਿਨ ਹਾਲੇ ਸਾਡੀ ਗੱਡੀ ਦੇ ਆਪਸ਼ਨ ਮੁੱਕੇ ਕੋਈ ਨਹੀਂ ਹਾਲੇ ਸਿਰਫ ਅਗਲਾ ਔਰ ਪਿਛਲਾ ਸੀਟਾਂ ਦੇ ਆਪਸ਼ਨ ਦੱਸਾਇਆ

माशाल्लाह पिछली साइड तो इन लाइटाई हो तो 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 हो हो नवाब होदमाश होकीन होम पी एम एन एसतदान होती लेकिन असा सा ना बदमाश है ना नवाब है नयासी बंद है तो छोटे जे यूट्यूबर है अल्लाह पागल ਦੀ ਅਤਾ ਕੀਤੀ ਜੋ ਇਹ ਤਾਂ ਸਾਇਸ ਗੱਡੀ ਕੋਨ ਲੌਕ ਕਰਨੇ ਇਹ ਸਾਹਮਣੇ ਇੱਕ ਬਟਨ ਖੜਾ ਥਿਆ ਇਹ ਦੇਖੋ ਇਸ ਬਟਨ ਕੋ ਦਬਾਓ ਬਟਨ ਕੋ ਦਬਾ ਕੇ ਪਿਛਾਟ ਵਜੋ ਗੱਡੀ ਦੇ ਡਿੱਗੇ ਉਹ ਖੁਦ ਬਖਦ ਉੱਤੇ ਲੱਗਿਆ ਵੰਦੀ। ਔਰ ਸਾਹਮਣੇ ਡਿੱਗੇ ਦੇ ਤੋਕੂ ਢੇਰ ਸਾਰੇ ਸਪੇਸ ਮਿਲਵੇਂ ਦੀ। ਇੱਥਾ ਤੁਸੀਂ ਢੇਰ ਸਾਰਾ ਸਮਾਨ ਆਪਾਂ ਰੱਖ ਸਕਦੇ ਹੋ। ਔਰ ਤੁਸੀਂ ਅਗਰ ਚਾਹਦੇ ਹੋ ਕਿ ਇੱਥੇ ਸਮਾਨ ਨਹੀਂ ਰੱਖਣਾ, ਅਸਾਈ ਤਾਂ ਬੰਦੇ ਵੀ ਲਾਉਣਨ। ਤਾਂ ਜਨਾਬ ਤੁਸੀਂ ਸਾਹਮਣੇ ਸੀਟਾਂ ਲੱਗਿਆ ਖਣੇ ਇਹਨਾਂ ਸੀਟਾਂ ਕੋ ਇਹ ਵਾਲਾ ਬਟਨ ਦਬਾਓ। ਇਹ ਸੀਟਾਂ ਹੇਠਾਂ ਖੋਲ ਕੇ ਆਵੇ ਸੰ। ਇਹ ਵਾਲੇ ਸੀਟਾਂ ਵੀ ਹੇਠਾਂ ਖੋਲ ਕੇ ਆਸ। ਇੱਥਾ ਤੁਸੀਂ ਤਰੇ ਤੋਂ ਚਾਰ ਬੰਦੇ ਇਹਨਾਂ ਸੀਟਾਂ ਦੇ ਵੀ ਬਿਲਾ ਸਕਦੇ ਹੋ। ਮਤਲਬ ਇਸ ਗੱਡੀ ਦੇ ਵਿੱਚ ਤੁਸੀਂ 8 ਤੋਂ 10 ਬੰਦੇ ਆਰਾਮ ਔਰ ਸਕੂਨ ਨਾਲ ਬੈਸੰਗਦੇ ਹੋ। ਜਿ ਸਕਿਉਰਟੀ ਗਾਰਡ ਸੈਵਨ ਤੇ ਡਰਾਈਵਰ ਸੈਵਨ ਤੇ ਅਲੀ ਹੈ ਪਿਆ ਬਾਲੂ ਹੈ ਪਿਆ ਮਤਲਬ ਸਾਡੇ ਬਾਕੀ ਜਿਤਨੇ ਟੀਮ ਮੈਂਬਰਨ ਉਹ ਵੀ ਸਾਲੇ ਨਾਲ ਹੁਸਨ ਤੇ ਅਸਾਂ ਇਨਸ਼ਾਅੱਲਾ ਆਉਣ ਵਾਲੇ ਦਿਹਾਰਾਂ ਦੇ ਵਿੱਚ ਡੇਟ ਵਾਲੇ ਫਿਕਸ ਕੋਨੀ ਤੁਸਾਂ ਸਾਕੂ ਸਾਰੀ ਟੀਮ ਕੋ ਸਾਰੀ ਫੈਮਿਲੀ ਕੋ ਮਰੀ ਦੇ ਵਿੱਚ 101 ਗੱਡੀ ਦੇ ਵਿੱਚ ਇਨਸ਼ਾਅੱਲਾ 8 ਤੋਂ 10 ਬੰਦਾ ਦਾ ਟੂਰ ਹੋਸੀਪਿਆ ਔਰ ਬੜਾਈ ਮਜ਼ੇਦਾਰ ਤੋ ਸਾਂ ਇੰਜੋਏ ਕਰਸੋ ਇਨਸ਼ਾਅੱਲਾ ਆਉਣ ਵਾਲਾ ਲੈਜੈਂਡਰ ਦਾ ਪਹਿਲਾ ਟੂਰ ਹੋਸੀਪਿਆ ਸਾਰੀ ਪੂਰੀ ਫੈਮਿਲੀ ਦਾ ਵੀ ਪਹਿਲਾ ਟੂਰ ਔਰ ਹੋਸੀਪਿਆ ਔਰ ਇਨਸ਼ਾਅੱਲਾ ਮਜ਼ਾ ਆਸੇ ਸਾਕੋ ਇਹਦਾ ਟੂਰ ਕਰਨ ਤੇ ਲੈ

ਚਾਬੀ ਪਾਣੇ ਨੇ ਪੈ ਇਨਾ ਚਾਬੀ ਪਾਣ ਨਾਲ ਤੁਸੀਂ ਗੱਡੀ ਕੋ ਗੱਡੀ ਦਾ ਟਾਇਰ ਖੋਲ ਔਰ ਕੱਸ ਸਕਦੇ ਹੋ ਇਸ ਜੈਕ ਨਾਲ ਤੁਸੀਂ ਗੱਡੀ ਕੋ ਝਲ ਸਕਦੇ ਹੋ ਲੈਜੈਂਡਰ ਦਾ ਜਿਹੜਾ ਜੈਕ ਹੁੰਦਾ ਨਾ ਉਹ ਕਾਫੀ ਪਾਵਰਫੁਲ ਹੁੰਦਾ ਕਿਉਂਕਿ ਜਿਹੜਾ ਲੈਜੈਂਡਰ ਹੈ ਨਾ ਇਹਦਾ ਵਜ਼ਨ ਬਹੁਤ ਜ਼ਿਆਦਾ ਹੁੰਦਾ ਜਿਵੇਂ ਕਿ ਸਾਰੇ ਕੋਲ ਪਹਿਲੇ ਆਲਟੋ ਔਰ ਸਿਵਿਕ ਕਾਰ ਖੜੀ ਥੀ ਉਹਦਾ ਇਤਨਾ ਜ਼ਿਆਦਾ ਵਜ਼ਨ ਕੋਈ ਨਹੀਂ ਬਨਿ ਸਬਤ ਲੈਜੈਂਡਰ ਦੀ ਔਰ ਸਾਡੀ ਸਿਵਿਕ ਤੇ ਆਲਟੋ ਦਾ ਵਜ਼ਨ ਇੱਕ ਸਾਈਡ ਤੇ ਸਾਰੇ ਫਾਰਚਨਰ ਘੋੜੇ ਦਾ ਵਜ਼ਨ ਇੱਕ ਸਾਈਡ ਤੇ ਆਪ ਕੰਪੇਅਰ ਚ ਕਰੋ ਹਾਂ ਜੀ ਇਹਦਾ ਵਜ਼ਨ ਬਹੁਤ ਜ਼ਿਆਦਾ ਹੁੰਦਾ ਹੈ ਨਹੀਂ ਕਰਨਾ ਐਸਾ Allah Hafiz